मेरी डीजीपी नाल गल हुई आ, असी 6 घंटियां च अत्तवादी बन के आ जाने आ, ते जिहड़ी 6 सालां तों पाकिस्तान दी लेडी रहिंदी आ, ISI दी एजेंट जिहदे बारे कहा जांदा, मैं पार्लीमेंट च सवाल उठाऊंगा कि उह सरकारी घर दे विच किहड़े बेस ते रह रही आ। इह बोल ने आम आदमी पार्टी दे पंजाब प्रधान भगवंत मान दे। मेरी डीजीपी नाल गल हुई है, असी 6 घंटे च अत्तवादी बन के आ जाने आ, ते जिहड़ी 6 साल तों पाकिस्तान दी जिहड़ी लेडी रहिंदी है ISI ਦੀ ਏਜੰਟ ਉਹਦੇ ਬਾਰੇ ਕਿਹਾ ਜਾ ਰਿਹਾ, ਅਤੇ ਮੈਂ ਪਾਰਲੀਮੈਂਟ 'ਚ ਸਵਾਲ ਉਠਾਊਂਗਾ। ਇਹ ਉਹ ਸਰਕਾਰੀ ਘਰ 'ਚ ਕਿਹੜੇ ਕਿਹੜੇ ਬੇਸ ਨਾਲ ਰਹਿ ਰਹੀ ਆ, ਉਹਦੇ ਕੋਲ ਕਿਹੜਾ ਵੀਜ਼ਾ ਹੈ? ਪਾਕਿਸਤਾਨ ਦੇ ਜਿਹੜੇ ਸਿਟੀਜ਼ਨ ਨੇ ਉਹ ਜਦੋਂ ਇੰਡੀਆ ਆਉਂਦੇ ਨੇ ਅਤੇ ਇੰਡੀਆ ਦੇ ਸਿਟੀਜ਼ਨ ਪਾਕਿਸਤਾਨ ਜਾਂਦੇ ਨੇ, ਸਿਟੀ ਵਾਈਜ਼ ਵੀਜ਼ਾ ਮਿਲਦਾ। ਪਟਿਆਲੇ ਦਾ ਵੀਜ਼ਾ, ਸੰਗਰੂਰ ਦਾ ਵੀਜ਼ਾ, ਚੰਡੀਗੜ੍ਹ ਦਾ ਵੀਜ਼ਾ, ਮੋਹਾਲੀ ਦਾ ਵੀਜ਼ਾ, ਅਤੇ ਉਹ ਹਿਮਾਚਲ ਕਦੇ ਫਿਰਦੀ ਹੁੰਦੀ ਹੈ, ਕਦੇ ਦਿੱਲੀ ਫਿਰਦੀ ਹੁੰਦੀ ਹੈ, ਅਤੇ SSP ਅਤੇ DC ਕਹਿੰਦੇ ਉਹ ਲਾ ਰਹੀ ਹੈ, ਅਤੇ ਕਿਉਂ ਨਹੀਂ ਮੈਂ ਸਵਾਲ ਚੱਕੂੰਗਾ ਫਿਰ? ਇਹ ਨਿੱਜੀ ਨਹੀਂ ਹੈਗਾ, ਇਹ ਭਾਰਤ ਦੀ ਰਾਜਨੀਤੀ ਦੇ ਵਿੱਚ ਇੰਟਰਫੇਰੈਂਸ ਹੈ। ਅਤੇ ਉਹ ਕਿਹਾ ਜਾ ਰਿਹਾ ਕਿ ਉਹ ਪਾਕਿਸਤਾਨ ਦੀ ਫੌਜ ਨਾਲ ਰਿਲੇਟਡ ਹੈਗੀ ਹੈ, ਅਤੇ ਇਹਦਾ ਵੀ ਸਵਾਲ ਉੱਠਣਗੇ। ਕੈਪਟਨ ਸਾਹਿਬ ਆਪ ਦੱਸਦੇ ਨੇ ਕੌਣ ਹੈ, ਕੈਪਟਨ ਸਾਹਿਬ ਆਪ ਦੱਸਦੇ ਨੇ ਕਿਹੜਾ ਵੀਜ਼ਾ ਸਟੇਟਸ ਕੀ ਉਹਦਾ। ਇਸ ਮੌਕੇ ਮਾਨ ਸਾਹਿਬ ਨੇ ਪੰਜਾਬ ਸਰਕਾਰ ਦੇ ਬਜਟ ਅਤੇ ਕਾਰਜਕਾਲ ਖਿਲਾਫ਼ ਵੀ ਰੱਜ ਕੇ ਭੜਾਸ ਕੱਢੀ। ਨਾ ਕੋਈ ਨਵਾਂ ਸਕੂਲ ਬਣਾਇਆ, ਨਾ ਕੋਈ ਕਾਲਜ ਬਣਾਇਆ ਨਵਾਂ, ਨਾ ਕੋਈ ਯੂਨੀਵਰਸਿਟੀ ਬਣਾਈ ਹੈ, ਨਾ ਕੋਈ ਬੱਸ ਅੱਡਾ ਬਣਾਇਆ, ਨਾ ਕੋਈ ਇਹੋ ਜਿਹੀ ਚੀਜ਼ ਬਣਾਈ ਹੋਵੇ ਜਿਹੜੀ ਲੋਕਾਂ ਦੇ ਹੱਕ 'ਚ ਕੰਮ ਕਰੇ। ਨਾ ਕੋਈ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ, ਨਾ ਕੋਈ ਕਿਸੇ ਨੂੰ ਬੁਢਾਪਾ ਪੈਨਸ਼ਨ ਲੱਗੀ ਹੈ, ਅਤੇ ਫਿਰ ਬਜਟ ਘਾਟੇ 'ਚ ਕਿਉਂ ਹੈ? ਫਿਰ ਜਾਂਦਾ ਕਿੱਥੇ ਹੈ ਪੈਸਾ ਫਿਰ ਉਹ? ਸੋ ਦਿੱਲੀ ਦੇ ਵਿੱਚ ਜਿਹੜਾ ਪੁਲ 350 ਕਰੋੜ 'ਚ ਬਣਦਾ ਸੀ, ਉਹ 200 ਕਰੋੜ 'ਚ ਬਣਾ ਕੇ 150 ਕਰੋੜ ਦੀਆਂ ਦਵਾਈਆਂ ਫ੍ਰੀ ਕਰਤੀਆਂ ਸਾਰੀ ਦਿੱਲੀ ਨੂੰ, ਤਾਂ ਫਿਰ ਦਿੱਲੀ ਦਾ ਕਰਜ਼ਾ ਤਾਂ ਨਹੀਂ ਚੜਾਇਆ ਨਾ? ਅਤੇ ਇੱਥੇ ਤਾਂ ਸਾਨੂੰ ਤਾਂ 3 ਲੱਖ ਕਰੋੜ ਦਾ ਕਰਜ਼ੇ ਦੇ ਥੱਲੇ ਪਈ ਹੈ ਸਟੇਟ, ਉਹ ਤਾਂ ਵਿਆਜ ਹੀ ਨਹੀਂ ਪੂਰਾ ਹੋ ਰਿਹਾ ਸਾਥੋਂ ਤਾਂ ਬਜਟ 'ਚ। ਜ਼ੀਰੋ ਕਾਰਜਕਾਰੀ ਹੈ ਜੀ, ਲੋਕ ਹੀ ਦੱਸੀ ਜਾਂਦੇ ਨੇ, ਪਬਲਿਕ ਦੱਸੀ ਜਾਂਦੀ ਹੈ। ਕੈਪਟਨ ਸਾਹਿਬ ਤਾਂ ਬਾਹਰ ਹੀ ਨਹੀਂ ਨਿਕਲੇ 4 ਸਾਲ, ਉਹ ਤਾਂ ਵਿਧਾਨ ਸਭਾ 'ਚ ਵੀ ਨਹੀਂ ਆਉਂਦੀ, ਉਹ ਤਾਂ ਆਪਦੇ ਮੰਤਰੀਆਂ ਨੂੰ ਵੀ ਨਹੀਂ ਮਿਲਦੇ। ਇਸੇ ਕਰਕੇ ਤਾਂ ਉਹਨਾਂ ਦੇ ਮੰਤਰੀ ਕਹਿੰਦੇ ਨੇ ਵੀ ਸਾਨੂੰ ਤਾਂ ਮਿਲ ਲਿਆ ਕਰੋ, ਅਸੀਂ ਕਿਹੜਾ ਮੂੰਹ ਲੈ ਕੇ ਜਾਵਾਂਗੇ? ਅਤੇ ਹੁਣ ਕਿਹੜਾ ਮੂੰਹ ਲੈ ਕੇ ਜਾਣਗੇ ਕਾਂਗਰਸ ਵਾਲੇ, ਇਹ ਦੱਸ ਦੇਣ ਅਤੇ ਕੀ ਉਹਨਾਂ ਦੀ ਪ੍ਰਾਪਤੀ ਹੈ? ਜਿਹੜੇ ਵਾਅਦੇ ਕੀਤੇ ਸੀ, ਵੱਡੇ ਵੱਡੇ ਵਾਅਦੇ ਕਰ ਲਏ, ਘਰ ਘਰ ਨੌਕਰੀ, ਹਾਂਜੀ 2500 ਰੁਪਏ ਬੁਢਾਪਾ ਪੈਨਸ਼ਨ, ਅਤੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼, ਬੈਂਕਾਂ ਦਾ ਵੀ, ਪ੍ਰਾਈਵੇਟ ਬੈਂਕਾਂ ਦਾ ਵੀ, ਆੜ੍ਹਤੀਆਂ ਦਾ ਵੀ, ਕਿੱਥੇ ਹੋ ਗਿਆ ਦੱਸੋ? ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।